ਬਾਦਲ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ ਔਰ ਉਹਨਾਂ ਦਾ ਸਪੁੱਤਰ ਸੁਖਬੀਰ ਸਿੰਘ ਬਾਦਲ ਉਹ ਜਨਮ ਦਿਹਾੜਾ ਹਰੀ ਘੈਂਟ 'ਤੇ ਨੈਸ਼ਨਲ ਹਾਈਵੇ ਰੋਕ ਕੇ ਲੋਕਾਂ ਨੂੰ ਮੁਸ਼ਕਲਾਂ ਪਹੁੰਚਾ ਕੇ ਕਿਸੇ ਨੇ ਵਿਆਹ 'ਤੇ ਜਾਣਾ, ਕਿਸੇ ਨੇ ਦਵਾਈ ਲੈਣ ਜਾਣਾ, ਕਿਸੇ ਨੇ ਕਾਰੋਬਾਰ ਕਰਨ ਜਾਣਾ ਔਰ ਇਹ ਗਿਫਟ ਦੇ ਰਿਹਾ ਹੈ ਆਪਦੇ ਪਿਤਾ ਜੀ ਦੇ ਜਨਮ ਦਿਨ 'ਤੇ। ਔਰ ਬਾਦਲ ਸਾਹਿਬ, ਮੈਂ ਜਦੋਂ 20 ਕੁ ਸਾਲਾਂ ਦਾ ਸੀ, ਤੁਸੀਂ ਉਦੋਂ ਵੀ 95 ਸਾਲਾਂ ਦਾ ਜਨਮ ਦਿਨ ਮਨਾਉਂਦੇ ਸੀ, ਅੱਜ ਵੀ ਮੇਰੇ ਹਿਸਾਬ ਨਾਲ 95 ਸਾਲਾਂ ਦੇ ਹੋਣਗੇ। ਔਰ ਬਾਦਲ ਸਾਹਿਬ, ਜਿੰਨੀ ਮਰਜ਼ੀ ਤੁਹਾਡੀ ਉਮਰ ਹੋ ਗਈ ਹੋਵੇ, ਪਰ ਇਹ ਜੀਰੇ ਵਾਲੇ ਪਿਓ ਪੁੱਤਰਾਂ ਨੂੰ ਭੁੱਲਿਆ ਜੇ ਨਾ, ਇੰਦਰਜੀਤ ਸਿੰਘ ਜੀਰੇ ਨੂੰ ਅਤੇ ਕੁਲਵੀਰ ਸਿੰਘ ਜੀਰੇ ਨੂੰ, ਬੜੇ ਜਨਮ ਦਿਨ ਤੁਸੀਂ ਮਹਿਲਾਂ ਦੇ ਵਿੱਚ ਮਨਾਏ, ਉਹ ਗਲੀਚਿਆਂ ਦੇ ਉੱਤੇ ਪੈਰ ਰੱਖਦੇ ਸੀ, ਰੇਸ਼ਮੀ ਰਜਾਈਆਂ ਲੈਂਦੇ ਸੀ। ਔਰ ਬਾਦਲ ਸਾਹਿਬ, ਇਹ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਮਜੀਠੀਆ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ ਇਹ ਕਦੀ ਭੁੱਲਣਗੇ ਨਹੀਂ, ਮੈਨੂੰ ਇੰਨਾ ਪਤਾ ਹੈ। ਔਰ ਵਧਾਈ ਦੇਣਾ ਵਾਂ ਕਿ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ, ਕਿ ਜੋ ਤੁਸੀਂ ਅੱਤਿਆਚਾਰ ਲੋਕਾਂ ਦੇ ਉੱਤੇ ਕੀਤੇ ਨੇ, ਉਹ ਅੱਤਿਆਚਾਰ ਤੁਹਾਨੂੰ ਪਤਾ ਲੱਗੇ ਔਰ ਉਹਦਾ ਖਮਿਆਜ਼ਾ ਭੁਗਤ ਕੇ ਤੁਸੀਂ ਇੱਥੋਂ ਜਾਓ। ਔਰ ਮੈਂ ਇਹ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਬਾਦਲ ਸਾਹਿਬ ਦੀ ਲੰਮੀ ਉਮਰ ਕਰਿਓ।